ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਦਿਖਾਊਂਗਾ ਆਪਣਾ ਹੋਮ ਜਿਮ। ਵੈਸੇ ਆਪਣੇ ਕੋਲ ਜਿਮ ਤਾਂ ਹੈ ਨਹੀਂ ਗਾ ਖੁੱਲ੍ਹੇ 'ਚ, ਆਪਾਂ ਐਕਸਰਸਾਈਜ਼ ਲਗਾਉਂਦੇ ਹਾਂ, ਬਟ ਮੇਰੇ ਕੋਲ ਕਿਹੜਾ ਕਿਹੜਾ ਸਮਾਨ ਹੈਗਾ ਘਰ ਜਿਮ ਲਗਾਉਣ ਵਾਸਤੇ, ਇਸ ਵੀਡੀਓ 'ਚ ਤੁਹਾਨੂੰ ਦਿਖਾਊਂਗਾ। ਤਾਂ ਚਲੋ ਜੀ ਆਪਾਂ ਵੀਡੀਓ ਕਰਦੇ ਹਾਂ ਸਟਾਰਟ। ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਇਹ ਆ ਗਈਆਂ ਪਲੇਟਸ। ਆਪਣੇ ਕੋਲ 5 ਕਿਲੋ ਦੀ ਪੇਅਰ ਆ, 10 ਕਿਲੋ ਦਾ ਪੇਅਰ ਆ, 15 ਕਿਲੋ ਦਾ ਪੇਅਰ ਆ, 20 ਕਿਲੋ ਦਾ ਪੇਅਰ ਆ। ਤਾਂ ਇਹ ਟੋਟਲ ਮਿਲਾ ਕੇ ਹੋ ਜਾਂਦਾ 100 ਕਿਲੋ, ਅਤੇ ਰੋਡ ਮਿਲਾ ਕੇ ਹੋ ਜਾਂਦਾ 120 ਕਿਲੋ, ਕਿਉਂਕਿ 20 ਕਿਲੋ ਦੀ ਰੋਡ ਆ। ਅਤੇ ਇਹ ਨਾ ਬੰਪਰ ਪਲੇਟਸ ਨੇ, ਬੰਪਰ ਮਤਲਬ ਵੀ ਇਹ ਪੂਰੀ ਰਬੜ ਦੀਆਂ ਨੇ, ਜੇ ਆਪਾਂ ਥੱਲੇ ਗਿਰ ਦਿੰਦੇ ਤਾਂ ਬੰਪ ਕਰਦੀਆਂ ਨੇ, ਬਾਉਂਸ ਕਰਦੀਆਂ ਨੇ, ਅਤੇ ਇੰਨੀ ਛੇਤੀ ਟੁੱਟਦੀਆਂ ਵੀ ਨਹੀਂ ਹੈਗੀਆਂ, ਅਤੇ ਫਰਸ਼ ਨੂੰ ਵੀ ਇੰਨਾ ਨੁਕਸਾਨ ਨਹੀਂ ਪਹੁੰਚਾਉਂਦੀਆਂ ਹੈਗੀਆਂ। ਪਲੱਸ ਇਹ ਨਾ ਕ੍ਰੋਸਫਿਟ 'ਚ ਯੂਜ਼ ਹੁੰਦੀਆਂ ਨੇ, ਤਾਂ ਮੈਨੂੰ ਇਹ ਥੋੜ੍ਹਾ ਕ੍ਰੋਸਫਿਟ ਦਾ ਥੋੜ੍ਹਾ ਜ਼ਿਆਦਾ ਚਾਅ, ਤਾਂ ਕਰਕੇ ਮੰਗਾਈਆਂ ਸੀਗੀਆਂ। ਸਭ ਤੋਂ ਪਹਿਲਾਂ 5 ਕਿਲੋ ਦੀ ਮੰਗਵਾਈ ਸੀਗੀ, ਫਿਰ 10 ਕਿਲੋ ਦਾ ਪੇਅਰ ਮੰਗਵਾਇਆ, ਫਿਰ 15 ਦਾ ਮੰਗਵਾਇਆ, ਫਿਰ 20 ਦਾ ਮੰਗਵਾਇਆ। ਇਹ ਤਿੰਨ ਇੱਕ ਕੰਪਨੀ ਤੋਂ ਆਈਆਂ ਨੇ, ਅਤੇ ਇਹ 20 ਕਿਲੋ ਵਾਲੀ ਐਮਾਜ਼ੋਨ ਤੋਂ ਮੰਗਵਾਈ ਸੀਗੀ, ਇਹ ਥੋੜ੍ਹੀ ਸਸਤੀ ਆ। ਅਤੇ ਲੋਹੇ ਵਾਲੀ ਨਾਲੋਂ ਨਾ ਇਹ ਮਹਿੰਗੀਆਂ ਨੇ, ਖਾਸੀ ਮਹਿੰਗੀਆਂ ਨੇ, ਬਟ ਸੋਹਣੀਆਂ ਜ਼ਿਆਦਾ ਲੱਗਦੀਆਂ ਨੇ। ਲੋਹੇ ਵਾਲੀਆਂ ਨਾਲੋਂ 3 ਗੁਣਾ ਜ਼ਿਆਦਾ ਮਹਿੰਗੀਆਂ ਹੋਣੀਆਂ ਨੇ ਬੰਪਰ ਪਲੇਟਸ, ਕਿਉਂਕਿ ਰਬੜ ਵਗੈਰਾ ਦਾ ਬਣ ਕੇ, ਹੋਰ ਬਣ ਕੇ ਥੋੜ੍ਹੀ ਔਖੀ ਵੀ ਬਣਦੀ ਹੈ, ਅਤੇ ਪਰ ਵਧੀਆ ਲੱਗਦੀ ਆ, ਦੇਖਣ 'ਚ ਵੀ ਸੋਹਣੀਆਂ ਲੱਗਦੀਆਂ ਨੇ, ਉਹ ਯੂਜ਼ ਕਰਨ 'ਚ ਵੀ ਵਧੀਆ ਲੱਗਦੀਆਂ ਨੇ। ਅਤੇ 20 ਕਿਲੋ ਵਾਲੀ ਐਮਾਜ਼ੋਨ 'ਤੇ ਮੰਗਵਾਈ ਹੈ, ਇਹ ਸਸਤੀ ਆ, ਮਤਲਬ ਇਹ ਇੰਨੀ ਮਹਿੰਗੀ ਨਹੀਂ ਹੈਗੀ, ਬਟ ਕੁਆਲਿਟੀ ਦਾ ਫਰਕ ਆ, ਸਟਿੱਕਰਾਂ ਵਗੈਰਾ ਤੋਂ ਹੀ ਪਤਾ ਲੱਗ ਜਾਂਦਾ। ਵੈਸੇ ਵੀ ਤੇਲ ਤੇਲ ਜਿਹੀ ਵਾਲੀ ਹੈ ਯਾਰ, ਮਾੜਾ ਜਿਹਾ ਆਪਾਂ ਟੱਚ ਕਰਦੇ ਹਾਂ ਨਾ ਤਾਂ ਮਤਲਬ ਵੀ ਇੰਨੀ ਵਧੀਆ ਕੁਆਲਿਟੀ ਨਹੀਂ ਹੈਗੀ। ਅਤੇ ਜਿਹੜੀ ਰੋਡ ਆ, ਇਹ ਰੋਡ ਆਪਣੀ ਬਾਰਬਲ ਹੈਗੀ ਆ 20 ਕਿਲੋ ਦੀ, ਅਤੇ ਇਹ ਲੋਕਲ ਲਿੱਤੀ ਸੀਗੀ, ਇਹ ਮਤਲਬ ਵੀ ਮੰਗਵਾਈ ਨਹੀਂ ਹੈਗੀ, ਇਹ ਮੈਂ ਦੁਕਾਨ ਤੋਂ ਹੀ ਲੈ ਕੇ ਆਇਆ ਸੀਗਾ। ਜਿਹੜੇ ਕੋਵਿਡ ਟਾਈਮ 'ਤੇ ਸਾਰੇ ਦੁਕਾਨ ਵਾਲਿਆਂ ਨੇ, ਸਪੋਰਟਸ ਵਾਲਿਆਂ ਨੇ ਮਤਲਬ ਵੀ ਸਮਾਨ ਬਣਾਉਣਾ ਸਟਾਰਟ ਕਰਤਾ ਸੀਗਾ ਜਿਮ ਦਾ, ਅਤੇ ਪਟਿਆਲੇ ਤੋਂ ਲੈ ਕੇ ਆਇਆ ਸੀਗਾ, ਅਤੇ ਨੋਰਮਲ ਮਿਲ ਜਾਂਦੀ ਹੈ 20 ਕਿਲੋ ਦੀ ਰੋਡ। ਉਹ ਤੋਂ ਬਾਅਦ ਆਪਣੇ ਕੋਲ ਹੈਗੇ ਨੇ ਇਹ ਕਲਿੱਪਰ ਨੇ, ਅਤੇ ਇਹ ਕਲਿੱਪਰ ਕੀ ਹੁੰਦੇ ਨੇ, ਜੇ ਆਪਾਂ ਰੋਡ 'ਤੇ ਵੇਟ ਪਾਉਂਦੇ ਹਾਂ ਤਾਂ ਉਹ ਵੇਟ ਨਿਕਲੇ ਨਾ, ਇਹ ਰੋਡ 'ਤੇ ਪੈ ਕੇ ਐਂ ਪੈ ਕੇ ਮਤਲਬ ਵੀ ਲੱਗ ਜਾਂਦਾ, ਅਤੇ ਆ ਬੰਦ ਹੋ ਜਾਂਦਾ, ਫਿਰ ਪਲੇਟ ਮਤਲਬ ਵੀ ਬਾਹਰ ਨੂੰ ਨਹੀਂ ਆਉਂਦੀ ਹੈਗੀ, ਅਤੇ ਲਗਾਉਣ 'ਚ ਸੌਖਾ ਰਹਿੰਦਾ। ਉਹ ਤੋਂ ਬਾਅਦ ਆਪਣੇ ਕੋਲ ਹੈਗੀ ਹੈ 1.25 kg ਦੀ ਪਲੇਟ, 1.25 ਕਿਲੋ ਦੀ ਪਲੇਟ। ਜੇ ਤੁਸੀਂ ਤਗੜੇ ਹੋਣਾ ਨਾ, ਇਹ ਪਲੇਟ ਸਭ ਤੋਂ ਜ਼ਰੂਰੀ ਆ। ਇਹ ਵੈਸੇ 1/2 ਕਿਲੋ ਦੀ, ਕਿਲੋ ਦੀ, 1/2 ਕਿਲੋ ਦੀ, 2 ਕਿਲੋ ਦੀ, ਕਿਉਂਕਿ ਜੇ ਆਪਾਂ ਨਾ ਸਿੱਧਾ 5 ਕਿਲੋ ਦੀ ਜੰਪ ਮਾਰਨ 'ਤੇ ਕੋਸ਼ਿਸ਼ ਕਰਾਂਗੇ, ਨਹੀਂ ਵੱਜੂਗੀ। ਜੇ ਤੁਸੀਂ ਸਪੋਜ਼ ਕਰੋ 100 ਕਿਲੋ ਚੱਕ ਰਹੇ ਹੋ, ਅਗਲੀ ਵਾਰ ਤੁਸੀਂ 110 ਚੱਕਣ ਦੀ ਕੋਸ਼ਿਸ਼ ਕਰੋਗੇ, ਨਹੀਂ ਚੱਕਿਆ ਜਾਊਗਾ। ਬਟ ਜੇ 102 ਕਿਲੋ ਚੱਕੋਗੇ, ਚੱਕਿਆ ਜਾਊਗਾ, ਤਾਂ ਇਹ ਛੋਟੇ ਵੇਟ ਬਹੁਤ ਕੰਮ ਆਉਂਦੇ ਨੇ। ਫਿਰ ਆਪਣੇ ਕੋਲ ਆ ਗਏ ਐਂਕਲ ਵੇਟਸ ਨੇ, ਵੈਸੇ ਇਹ ਪੈਰਾਂ 'ਚ ਪਾਉਣ ਦੇ ਕੰਮ ਆਉਂਦੇ ਨੇ, ਐਂਕਲ ਵੇਟ ਤਾਂ ਹੀ ਕਹਿੰਦੇ ਆ, ਬਟ ਮੇਰੇ ਕੋਲ ਮਤਲਬ ਵੀ ਡੈਡ ਲਿਫਟ ਵਾਸਤੇ ਇੰਨਾ ਵੇਟ ਨਹੀਂ ਹੈਗਾ, ਤਾਂ ਮੈਨੂੰ ਬਾਹਰ 'ਤੇ ਪਾ ਲੈਣਾ, ਅਤੇ ਇਹ 2-2 ਕਿਲੋ ਦੇ ਨੇ, ਤਾਂ ਇਹ 4 ਕਿਲੋ ਇਹ ਹੋ ਗਿਆ। ਵੈਸੇ ਇਹ ਜਦ ਆਪਾਂ ਪੈਰਾਂ 'ਤੇ ਪਾ ਕੇ ਐਪਸ ਵਗੈਰਾ ਲਗਾਉਂਦੇ ਹਾਂ, ਉਹ ਲਗਾਉਣ ਦੇ ਕੰਮ ਆਉਂਦੇ ਨੇ। ਤਾਂ ਇਹ ਆਪਣੇ ਕੋਲ ਹੋ ਗਿਆ ਪਲੇਟ, ਬਾਰਬਲ, ਅਤੇ ਛੋਟੀ ਪਲੇਟ ਅਤੇ ਕਲਿੱਪਰ। ਇਹ ਤੋਂ ਬਾਅਦ ਆਪਾਂ ਆਉਂਦੇ ਹਾਂ ਆਪਣੇ ਡੰਬਲਸ 'ਤੇ। ਇਹ ਆ ਗਏ ਆਪਣੇ ਡੰਬਲ, ਅਤੇ ਪਹਿਲਾਂ ਨਾ ਆਪਣੇ ਕੋਲ ਘਰ ਫਾਦਰ ਸਾਹਿਬ ਉਹਨਾਂ ਦੇ ਟਾਈਮ ਦੇ ਮਤਲਬ ਵੀ ਆਹ ਡੰਬਲ ਪਏ ਸੀਗੇ, ਇਹ ਫਾਦਰ ਸਾਹਿਬ ਲੈ ਕੇ ਆਏ ਸੀਗੇ ਜਦੋਂ ਜਿਮ ਵਗੈਰਾ ਕਰਦੇ ਹੁੰਦੇ ਸੀਗੇ। ਅਤੇ ਛੋਟੇ ਛੋਟੇ ਮਤਲਬ ਵੀ ਪਲੇਟਾਂ ਹੁੰਦੀਆਂ ਸੀਗੀਆਂ ਲੋਹੇ ਦੀਆਂ, ਅਤੇ ਛੋਟੀ ਰੋਡ ਹੁੰਦੇ ਸੀਗੇ, ਪਹਿਲਾਂ ਮੈਂ ਉਹਦੇ ਨਾਲ ਲਾਉਂਦਾ ਹੁੰਦਾ ਸੀ, ਉਹਦੇ ਨਾਲ ਮੇਰੇ ਕੋਲ ਬਸ 5 ਕਿਲੋ ਦੇ ਡੰਬਲ ਹੁੰਦੇ ਸੀਗੇ। ਫਿਰ ਉਹ ਤੋਂ ਬਾਅਦ 12.5 ਕਿਲੋ ਦੇ ਡੰਬਲ ਆਪਾਂ ਲੈ ਕੇ ਆਏ, ਉਹ ਤੋਂ ਬਾਅਦ ਇਹ ਸਾਰੇ ਡੰਬਲ ਇੱਕ ਵਾਰ 'ਚ ਲੈ ਕੇ ਆਏ ਹਾਂ। ਇਹ ਹੈਕਸ ਡੰਬਲ ਕਹਿੰਦੇ ਆ ਇਹਨਾਂ ਨੂੰ, ਕਿਉਂਕਿ ਇਹਨਾਂ ਦੀ ਸ਼ੇਪ ਹੈਕਸਾਗਨ ਦੀ ਹੁੰਦੀ ਹੈ, 6 ਸਾਈਡਾਂ ਨੇ ਇਹਨਾਂ ਦੀਆਂ, ਅਤੇ ਇਹ ਵੀ ਕ੍ਰੋਸਫਿਟ 'ਚ ਯੂਜ਼ ਹੁੰਦੇ ਨੇ, ਮੈਨੂੰ ਕ੍ਰੋਸਫਿਟ ਦਾ ਥੋੜ੍ਹਾ ਜਿਹਾ ਮਤਲਬ ਵੀ ਸ਼ੌਂਕ ਹੈਗਾ। ਤਾਂ ਆਪਣੇ ਕੋਲ ਹੈਗਾ 5 ਕਿਲੋ ਦੇ ਡੰਬਲ ਹੈਗੇ ਨੇ, 12.5 ਕਿਲੋ ਦੇ ਡੰਬਲ ਨੇ, 15, 20, 25, ਅਤੇ ਉਹ ਤੋਂ ਬਾਅਦ ਆਪਣੇ ਕੋਲ ਮਤਲਬ ਵੀ ਇਹ ਹੈਂਡਲ ਜਿਹਾ ਹੈਗਾ, ਇਹ ਵੀ ਨਾ ਰੋਡ ਦੇ ਪਾ ਕੇ, ਬਾਰਬਲ ਦੇ ਪਾ ਕੇ, ਮਤਲਬ ਵੀ ਰੋ ਵਗੈਰਾ, ਹੋਰ ਚੀਜ਼ਾਂ, ਸ਼ੋਲਡਰ ਦੀ ਐਕਸਰਸਾਈਜ਼ ਹੋਰ ਲੱਗ ਜਾਂਦੀਆਂ ਨੇ। ਤਾਂ ਇਹ ਹੋ ਗਈ ਇੱਕ PVC ਪਾਈਪ ਆ, ਇਹ ਮਤਲਬ ਵੀ ਮੈਂ ਤੁਹਾਨੂੰ ਦੱਸੂਗਾ ਬੈਂਡ 'ਚ ਪਾ ਕੇ ਟ੍ਰਾਈਸੈਪਸ ਲੱਗਣ ਦੇ ਕੰਮ ਆ ਜਾਂਦੀ ਆ। ਅਤੇ ਪਹਿਲਾਂ ਆਪਣੇ ਕੋਲ ਨਾ ਘਰ ਇਸ ਟਾਈਪ ਦੀਆਂ ਪਲੇਟਾਂ ਹੁੰਦੀਆਂ ਸੀਗੀਆਂ ਫਾਦਰ ਸਾਹਿਬ ਉਹਨਾਂ ਦੇ ਟਾਈਮ ਦੀਆਂ, ਤਾਂ ਇਹੋ ਜਿਹੀਆਂ ਪਲੇਟਾਂ, ਇਹੋ ਜਿਹੀ ਬੜੀ ਰੋਡ ਸੀਗੀ। ਅਤੇ ਜਦ ਫਿਰ ਇਹ ਮਤਲਬ ਵੀ ਲੈ ਆਏ ਸੀਗੇ, ਮੈਂ ਦੂਜੀਆਂ ਪਲੇਟਾਂ ਵਗੈਰਾ ਉਹ ਕਿਸੇ ਨੂੰ ਦੇਤੀਆਂ ਸੀਗੀਆਂ, ਅਤੇ ਉਹ ਆਪਾਂ ਮਤਲਬ ਵੀ ਦੇਤੀਆਂ, ਅਤੇ ਉਹ ਆਪਣੇ ਕੋਲ ਹੁਣ ਹੈ ਨਹੀਂ ਗੀਆਂ। ਇੱਕ ਮਤਲਬ ਵੀ ਇਹ ਸਾਰਾ ਡੰਬਲ ਦਾ ਸੈੱਟ ਹੋ ਗਿਆ, 5, 12.5, 15, 20, 25, ਇਹ ਤੋਂ ਉੱਤੇ ਵੇਟ ਹੈ ਨਹੀਂ ਗਾ ਆਪਣੇ ਕੋਲ ਡੰਬਲਸ 'ਚ। ਅਤੇ ਮਤਲਬ ਵੀ ਘਰ ਜਿਮ ਲਾਉਣ ਦਾ ਨਾ ਇਹੀ ਨੁਕਸਾਨ ਆ, ਤੁਹਾਨੂੰ ਜੇ ਪ੍ਰੋਗਰੈਸ ਕਰਨਾ, ਤੁਸੀਂ ਤਕੜੇ ਹੋਣਾ, ਤਾਂ ਸਮਾਨ ਹਮੇਸ਼ਾ ਹੋਰ ਲੈ ਕੇ ਆਉਣਾ ਪੈਣਾ। ਤਾਂ ਡੈਡ ਲਿਫਟ 'ਚ 120 ਕਿਲੋ ਆ ਮੈਕਸ ਆਪਣੇ ਕੋਲ, ਉਹ ਮੇਰੀ ਮੈਕਸ ਲੱਗ ਜਾਂਦੀ ਆ, ਅਤੇ ਉਹ ਤੋਂ ਜ਼ਿਆਦਾ ਆਪਾਂ ਮਤਲਬ ਵੀ ਲਗਾ ਨਹੀਂ ਸਕਦੇ, ਨਹੀਂ ਤਾਂ ਪਲੇਟਾਂ ਹੋਰ ਲੈ ਕੇ ਆਉਣੀਆਂ ਪੈਣੀਆਂ। ਇਹ ਟਰੈਕਟਰ ਦੀ ਸੀਟ ਪਈ ਸੀਗੀ, ਅਤੇ ਮੰਮਾ ਨੇ ਇਹਦੇ ਉੱਤੇ ਮਤਲਬ ਵੀ ਆ ਕੱਪੜਾ ਜਿਹਾ ਝਾੜ ਕੇ ਬਣਾ ਤਾ, ਅਤੇ ਇਹ ਨਾ ਇੱਥੇ ਰੱਖ ਕੇ ਇਹ ਆਪਣਾ ਬੈਂਚ ਆ ਗਿਆ, ਅਤੇ ਤੁਸੀਂ ਦੇਖ ਸਕਦੇ ਹੋ, ਪਹਿਲਾਂ ਬੈਂਚ ਦਿਖਾ ਦਿੰਦਾ ਤੁਹਾਨੂੰ। ਇਹ ਬੈਂਚ ਆ, ਇਹ ਵੀ ਫਾਦਰ ਸਾਹਿਬ ਉਹਨਾਂ ਦੇ ਟਾਈਮ ਦਾ ਬੈਂਚ ਆ ਆਪਣੇ ਕੋਲ, ਅਤੇ ਬੈਂਚ ਬਹੁਤ ਗਲਤ ਬਣਾਇਆ ਹੋਇਆ ਵੈਸੇ। ਜੇ ਇਕੱਲੇ ਬੰਦੇ ਨੇ ਬੈਂਚ ਪ੍ਰੈਸ ਲਗਾਉਣਾ ਤਾਂ ਰੋਡ ਚੱਕਣੀ ਬਹੁਤ ਔਖੀ ਹੋ ਜਾਂਦੀ ਆ, ਕਿਉਂਕਿ ਇੱਥੇ ਸਿਰ ਆਉਂਦਾ, ਅਤੇ ਇੱਥੇ ਸ਼ੋਲਡਰ ਆਉਂਦੇ ਨੇ, ਅਤੇ ਸ਼ੋਲਡਰ ਇੱਥੇ ਨੇ, ਅਤੇ ਵੇਟ ਤੁਸੀਂ ਇੱਥੋਂ ਚੱਕ ਰਹੇ ਹੋ, ਉਹ ਬਹੁਤ ਪ੍ਰੋਬਲਮ ਆ। ਤੁਹਾਡੇ ਮਤਲਬ ਵੀ
ਹੁਣ ਵੀ ਜੇ ਮੈਂ ਬੈਂਚ ਪ੍ਰੈਸ ਲਗਾਉਣਾ ਹੁੰਦਾ ਇਕੱਲੇ ਨੇ ਲਗਾਉਣਾ ਹੁੰਦਾ ਤਾਂ ਮੈਂ ਇੱਥੇ ਸਿਰ ਹਵਾ 'ਚ ਸਿਰ ਲਮਕਾ ਕੇ ਲਗਾਉਂਦਾ ਤਾਂ ਕਿ ਵੇਟ ਆਪ ਚੱਕ ਸਕੇ, ਨਹੀਂ ਵੇਟ ਚੁਕਾਉਣ ਵਾਸਤੇ ਇੱਕ ਬੰਦਾ ਚਾਹੀਦਾ। ਉਹ ਤੋਂ ਬਾਅਦ ਆਪਣੇ ਕੋਲ ਜਿਮ 'ਚ ਹੈਗੀ ਇੱਕ ਰੱਸੀ ਹੈਗੀ ਆ, ਰੱਸੀ ਟੱਪਣ ਦਾ ਵੀ ਮੈਨੂੰ ਬਹੁਤ ਸ਼ੌਂਕ ਆ, ਅਤੇ ਇਹਨੂੰ ਮੈਨੂੰ ਲੱਗਦਾ ਫਾਸਟ ਰੋਪ ਕਹਿੰਦੇ ਆ, ਬਹੁਤ ਪਤਲੀ ਰੱਸੀ ਆ ਅਤੇ ਤੇਜ਼ ਟੱਪਣ ਦੇ ਕੰਮ ਆਉਂਦੀ ਆ, ਵੀ ਬਹੁਤ ਤੇਜ਼ ਟੱਪ ਸਕਦੇ ਆਪਾਂ ਇਹਨੂੰ। ਉਹ ਤੋਂ ਬਾਅਦ ਆਪਣੇ ਕੋਲ ਇੱਕ ਬੈਲਟ ਆ, ਅਤੇ ਇਹ ਮੈਂ ਜਿਮ 'ਚ ਯੂਜ਼ ਕਰਦਾ ਹੁੰਦਾ ਸੀਗਾ ਜਦ ਉੱਥੇ ਚੰਡੀਗੜ੍ਹ ਹੁੰਦਾ ਸੀਗਾ। ਏ ਜੇ ਲਿਖਿਆ ਹੋਇਆ, ਇਨੀਸ਼ੀਅਲਸ ਮੇਰੇ ਆਪ ਲਿਖਿਆ ਸੀ ਮਾਰਕਰ ਨਾਲ ਅਜੇ। ਅਤੇ ਇਹ ਬੈਂਚ ਹੋ ਗਿਆ ਆਪਣੇ ਕੋਲ, ਇੱਥੇ ਜਦ ਆਪਾਂ ਰੋਡ ਰੱਖ ਦਿੰਦੇ ਹਾਂ ਨਾ ਤਾਂ ਇਹ ਸੀਟ ਆਪਣੀ ਇੱਥੇ ਰੱਖੀ ਜਾਂਦੀ ਆ, ਅਤੇ ਇਨਕਲਾਈਨ ਬੈਂਚ ਦਾ ਕੰਮ ਕਰਦੀ ਆ। ਜਿਵੇਂ ਜਿਮ 'ਚ ਇਨਕਲਾਈਨ ਨਹੀਂ ਹੁੰਦੇ ਹੈਗੇ ਤਾਂ ਅਪਰ ਚੈਸਟ ਲਗਾਉਣ ਵਾਸਤੇ ਇੱਥੇ ਲਗਾ ਕੇ ਅਤੇ ਡੰਬਲ ਨਾਲ ਲੱਗ ਜਾਂਦੀ ਆ ਅਪਰ ਚੈਸਟ, ਪਿੱਛੇ ਰੋਡ ਆ ਜਾਂਦੀ ਹੈ, ਰੋਡ ਦੇ ਉੱਤੇ ਸੀਟ ਰੱਖੀ ਜਾਂਦੀ, ਤਾਂ ਇਹ ਇਨਕਲਾਈਨ ਟਾਈਪ ਬੈਂਚ ਬਣ ਜਾਂਦਾ। ਅਤੇ ਫਿਰ ਆਪਾਂ ਇਹਦੇ 'ਤੇ ਮਤਲਬ ਵੀ ਉਹ ਲਗਾ ਲੈਂਦੇ ਹਾਂ ਆਪਣੀ ਅਪਰ ਚੈਸਟ ਡੰਬਲਸ ਨਾਲ। ਤਾਂ ਇਹ ਡੰਬਲ ਹੋ ਗਏ, ਇਹ ਆਪਣਾ ਬੈਂਚ ਹੋ ਗਿਆ, ਉਹ ਆਪਣੀਆਂ ਪਲੇਟਾਂ ਪਈਆਂ ਨੇ, ਅਤੇ ਇਹ ਆਪਣਾ ਆਊਟਡੋਰ ਜਿੰਮ ਆ। ਅਤੇ ਇਹ ਤੋਂ ਇਲਾਵਾ ਆਪਣੇ ਕੋਲ ਇੱਕ ਹੋਰ ਚੀਜ਼ ਹੈਗੀ, ਜੇ ਉਹ ਨਾ ਹੁੰਦੀ ਤਾਂ ਜਿੰਮ ਮਤਲਬ ਵੀ ਨਹੀਂ ਲੱਗਦਾ ਹੈਗਾ, ਤਾਂ ਉਹ ਵੀ ਤੁਹਾਨੂੰ ਦਿਖਾਉਂਦੇ ਉਹ ਕੀ ਚੀਜ਼ ਆ। ਓਕੇ, ਇਹ ਆ ਗਈ ਆਪਣੇ ਜਿੰਮ ਦੀ ਸਭ ਤੋਂ ਜ਼ਰੂਰੀ ਚੀਜ਼, ਇਹ ਮਤਲਬ ਵੀ ਪਾਈਪਾਂ ਲੈ ਕੇ ਨਾ ਆਪਾਂ ਅਤੇ ਮਿਸਤਰੀ ਤੋਂ ਮਤਲਬ ਵੀ ਵੈਲਡਿੰਗ ਕਰਵਾ ਕੇ ਪੁਲਅਪ ਬਾਰ ਬਣਵਾਈ ਸੀਗੀ, ਉੱਤੇ ਮਤਲਬ ਵੀ ਇੱਥੇ ਪੁਲਅਪ ਲਗਾਉਣ ਦੇ ਕੰਮ ਆ ਜਾਂਦਾ, ਅਤੇ ਐਂ ਪਾਈਪਾਂ ਥੱਲੇ ਗੱਡੀਆਂ ਹੋਈਆਂ ਨੇ, ਧਰਤੀ 'ਚ ਗੱਡੀਆਂ ਹੋਈਆਂ ਨੇ, ਉੱਤੋਂ ਕਨੈਕਟਡ ਨੇ, ਇਹ ਪੁਲਅਪ ਬਾਰ ਵੀ ਬਣ ਗਈ। ਅਤੇ ਉਹ ਤੋਂ ਇਲਾਵਾ ਇਹਦੇ 'ਤੇ ਆਪਾਂ ਕੀ ਕੀਤਾ, ਇਹ ਨਾ ਕੁੰਡੇ ਲਗਵਾ ਕੇ, ਦੋਨੋਂ ਸਾਈਡਾਂ 'ਤੇ ਕੁੰਡੇ ਲਗਵਾ ਕੇ ਹੁਣ ਇਹ ਰੈਕ ਵੀ ਬਣ ਗਿਆ। ਮਤਲਬ ਇੱਥੇ ਆਪਾਂ ਰੋਡ ਧਰ ਕੇ ਜਦ ਆਪਾਂ ਮਤਲਬ ਸਕੁਆਟ ਵਗੈਰਾ ਲਗਾਉਣੀ ਹੈ, ਸ਼ੋਲਡਰ ਪ੍ਰੈਸ ਲਗਾਉਣਾ, ਤਾਂ ਵੇਟ ਚੱਕਣਾ, ਤੁਸੀਂ 100 ਕਿਲੋ ਮਤਲਬ ਵੀ ਵੇਟ ਨਹੀਂ ਚੱਕ ਸਕਦੇ ਹੈਗੇ, ਉਹ ਚੱਕਣਾ ਬਹੁਤ ਔਖਾ ਹੋ ਜਾਂਦਾ, ਤਾਂ ਇੱਥੇ ਰੱਖ ਕੇ ਚੱਕਣਾ ਈਜ਼ੀ ਰਹਿੰਦਾ। ਤਾਂ ਇਹ ਆਪਣੀ ਜਿੰਮ ਦੀ ਇਹ ਚੀਜ਼ ਆ ਗਈ, ਮਤਲਬ ਵੀ ਆਪਾਂ ਨੂੰ ਰੈਕ ਵੀ ਬਹੁਤ ਜ਼ਰੂਰੀ ਹੁੰਦਾ ਜੇ ਆਪਾਂ ਜਿੰਮ ਲਗਾਉਣਾ। ਐਂ ਤੁਸੀਂ 100 ਕਿਲੋ ਚੱਕ ਕੇ ਮੋਢਿਆਂ 'ਤੇ ਧਰ ਕੇ ਕਿਵੇਂ ਸਕੁਆਟ ਲਗਾ ਲਉਂਗੇ, ਉਹ ਚੀਜ਼ ਬਹੁਤ ਔਖੀ ਹੋ ਜਾਂਦੀ ਹੈ। ਤਾਂ ਇਹ ਵੀ ਕੁੰਡੇ ਜਿਹੇ ਮਿਸਤਰੀ ਤੋਂ ਬਣਵਾ ਕੇ ਵੈਲਡ ਕਰਵਾਏ ਸੀਗੇ ਇੱਥੇ, ਅਤੇ ਇਹ ਆਪਣਾ ਰੈਕ ਬਣ ਗਿਆ ਪਲੱਸ ਪੁਲ ਅਪ ਬਾਰ ਬਣ ਗਈ, ਅਤੇ ਇਹਦੇ ਨਾਲ ਜਿੰਮ ਮਤਲਬ ਵੀ ਆਲਮੋਸਟ ਕੰਪਲੀਟ ਹੋ ਗਿਆ। ਤਾਂ ਇਹ ਚੀਜ਼ਾਂ ਆਪਣੇ ਕੋਲ ਹੈਗੀਆਂ ਨੇ ਜਿੰਮ 'ਚ। ਉਹ ਤੋਂ ਇਲਾਵਾ ਆਪਣੇ ਕੋਲ 2 ਬੈਂਡ ਨੇ, ਅਤੇ ਇਹ ਤਾਂ ਵੈਸੇ ਬਹੁਤ ਲਾਈਟ ਜਿਹਾ ਬੈਂਡ ਆ, ਅਤੇ ਇਹ ਤਾਂ ਸਿਰਫ ਵਾਰਮ ਅਪ ਕਰਨ ਦੇ ਕੰਮ ਆਉਂਦਾ, ਇਹ ਥੋੜ੍ਹਾ ਹਾਰਡ ਬੈਂਡ ਆ। ਇਹ ਬੈਂਡ ਆਪਾਂ ਮਤਲਬ ਵੀ ਇੱਥੇ ਉੱਤੇ ਪਾ ਕੇ ਰੋਡ 'ਤੇ ਪਾ ਕੇ, ਜਿਹੜੀ ਮੈਂ ਤੁਹਾਨੂੰ PVC ਪਾਈਪ ਦਿਖਾਈ ਸੀਗੀ ਉਹਦੇ ਨਾਲ ਪਾ ਕੇ ਆਪਾਂ ਮਤਲਬ ਟ੍ਰਾਈਸੈਪ ਪੁਸ਼ ਡਾਊਨ ਲਗਾ ਸਕਦੇ ਹਾਂ, ਤਾਂ ਟ੍ਰਾਈਸੈਪਸ ਲੱਗ ਜਾਂਦੇ ਨੇ, ਬਾਈਸੈਪਸ ਲੱਗ ਜਾਂਦੇ ਨੇ, ਪੈਰਾਂ 'ਚ ਮਤਲਬ ਵੀ ਇਹ ਬੈਂਡ ਨੂੰ ਫਸਾ ਕੇ ਜਿਵੇਂ ਆਪਾਂ ਬਾਈਸੈਪਸ ਲਗਾਉਂਦੇ ਹਾਂ ਤਾਂ ਉਹ ਜਿਹੜਾ ਪਾਈਪ ਆ ਉਹ ਹੈਂਡਲ ਜਿਹਾ ਬਣ ਜਾਂਦੀ, ਉਹਦੇ ਨਾਲ ਬਾਈਸੈਪਸ ਲੱਗ ਜਾਂਦੇ ਨੇ, ਤਾਂ ਇਹ ਚੀਜ਼ ਹੋ ਗਈ। ਤਾਂ ਹੁਣ ਠੰਡ ਹੋਵੇ, ਗਰਮੀ ਹੋਵੇ, ਮੱਛਰ ਹੋਣ, ਮੱਖੀ ਹੋਵੇ, ਆਪਾਂ ਬਾਹਰ ਹੀ ਜਿੰਮ ਲਗਾਉਣਾ, ਇਹੀ ਆਪਣਾ ਜਿੰਮ ਆ, ਤੁਹਾਨੂੰ ਕਰਨਾ ਇੱਥੇ ਹੀ ਆਪਾਂ ਜਿੰਮ ਲਗਾਉਂਦੇ ਹਾਂ, ਇਹ ਆ ਠੀਕ ਆ। ਅਤੇ ਠੰਡਾਂ 'ਚ ਨਾ ਰੋਡ ਨੂੰ ਹੱਥ ਲਾਉਣ ਨੂੰ ਨਹੀਂ ਜੀ ਕਰਦਾ ਹੈਗਾ, ਇੰਨੀ ਠੰਡੀ ਰੋਡ ਹੁੰਦੀ ਹੈ ਸਵੇਰ ਸਵੇਰੇ ਉੱਠ ਕੇ ਕਰਨਾ, ਪਰ ਉਹੀ ਹੈ ਜੇ ਤੁਹਾਨੂੰ ਮਤਲਬ ਰਿਜ਼ਲਟ ਚਾਹੀਦੇ ਨੇ, ਹੈਲਥ ਵਧੀਆ ਚਾਹੀਦੀ, ਤਾਂ ਰੋਜ਼ ਕਰਨਾ ਪੈਣਾ, ਭਾਵੇਂ ਕੋਈ ਮਰਜ਼ੀ ਹੋਵੇ, ਥੋੜ੍ਹੇ ਐਕਸਕਿਊਜ਼ ਨਹੀਂ ਹੋ ਸਕਦੇ। ਤਾਂ ਇਸ ਚੀਜ਼ ਕਰਕੇ ਆਪਾਂ ਇੱਕ ਨਵਾਂ ਜਿੰਮ ਬਣਾ ਰਹੇ ਹਾਂ ਹੁਣ, ਮੈਂ ਤੁਹਾਨੂੰ ਉਹ ਵੀ ਦਿਖਾਉਂਦਾ। ਤਾਂ ਇਹ ਹੋ ਰਿਹਾ ਜੀ ਆਪਣਾ ਨਵਾਂ ਜਿੰਮ ਤਿਆਰ। ਮੈਂ ਨਾ 2020 'ਚ ਪਿੰਡ ਆਇਆ ਸੀਗਾ, ਅਤੇ ਮੈਂ 2020 ਦਾ ਕਹਿ ਰਿਹਾ ਵੀ ਮੈਂ ਜਿੰਮ ਬਣਾਉਣਾ ਜਿੰਮ ਬਣਾਉਣਾ, ਅਤੇ ਹੁਣ 2023 ਚੱਲ ਰਿਹਾ ਅਤੇ ਹਾਲੇ ਤੱਕ ਸਿਰਫ ਸ਼ੈੱਡ ਪਿਆ ਅਤੇ ਸਿਰਫ ਥੱਲੇ ਫਰਸ਼ ਪਿਆ, ਹੋਰ ਇਹ ਤੋਂ ਇਲਾਵਾ ਕੁਛ ਨਹੀਂ ਹੈਗਾ ਆਪਣੇ ਜਿੰਮ 'ਚ। ਕਿਉਂਕਿ ਮਤਲਬ ਵੀ ਜਦ ਤੁਸੀਂ ਬਿਜ਼ਨਸ ਕਰ ਰਹੇ ਹੋ, ਤੁਸੀਂ ਕੰਮ ਵਧਾਉਣਾ ਨਾ, ਤਾਂ ਥੋੜ੍ਹੇ ਟਾਈਮ ਆਪਣੇ ਸ਼ੌਂਕ ਮਾਰਨੇ ਪੈਂਦੇ ਨੇ, ਅਤੇ ਜੇ ਆਪਾਂ ਸਾਰਾ ਪੈਸਾ ਕਮਾ ਕੇ ਸ਼ੌਂਕਾਂ 'ਤੇ ਲਗਾ ਦਈਏ ਫਿਰ ਬਿਜ਼ਨਸ ਅੱਗੇ ਨਹੀਂ ਵੱਧ ਸਕਦਾ। ਜੇ ਬਿਜ਼ਨਸ ਅੱਗੇ ਵਧਾਉਣਾ ਤਾਂ ਥੋੜ੍ਹਾ ਟਾਈਮ ਸ਼ੌਂਕ ਰੋਕ ਕੇ ਬਿਜ਼ਨਸ 'ਚ ਵਾਪਸ ਰੀਇਨਵੈਸਟ ਕਰਨਾ ਪੈਂਦਾ। ਅਤੇ ਇਹ ਵੀ ਨਾ ਸ਼ੈੱਡ ਪਿਛਲੇ ਸਾਲ ਪਿਆ, 2020 ਤੋਂ ਮਤਲਬ ਵੀ 2022 ਦੇ ਐਂਡ 'ਚ ਜਾ ਕੇ ਸ਼ੈੱਡ ਪਿਆ, ਅਤੇ ਇਹ ਫਰਸ਼ ਇਸ ਸਾਲ 'ਚ ਪਿਆ। ਹੁਣ ਆਪਾਂ ਕੀ ਕਰਨਾ, ਇਹਨੂੰ ਪੂਰਾ ਰੂਮ ਬਣਾਉਣਾ, ਮਤਲਬ ਵੀ ਆਲੇ ਦੁਆਲੇ ਦੀ ਕੰਧਾਂ ਕਰਨੀਆਂ ਨੇ, ਉੱਤੇ ਵੈਂਟੀਲੇਸ਼ਨ ਵਾਸਤੇ ਜਗ੍ਹਾ ਛੱਡਾਂਗੇ, ਐਗਜ਼ੌਸਟ ਲਗਾਵਾਂਗੇ, ਜੋ ਵੀ ਕਰਾਂਗੇ। ਫਿਰ ਮੇਰਾ ਕੀ ਪਲੈਨ ਆ ਵੀ ਜਿਹੜੀ ਇਹ ਕੰਧ ਆ ਉੱਥੇ ਇੱਕ ਸ਼ੀਸ਼ਾ ਲੱਗੂਗਾ, ਇੱਥੇ ਇੱਕ ਸ਼ੀਸ਼ਾ ਲੱਗੂਗਾ, ਇੱਥੇ ਮਤਲਬ ਵੀ ਪ੍ਰੋਪਰ ਇੱਕ ਸਕੁਆਟ ਰੈਕ ਰੱਖਾਂਗੇ ਆਪਾਂ, ਜਿਵੇਂ ਹੁੰਦਾ ਨਹੀਂ ਹੈਗਾ ਜਿੰਮ 'ਚ ਹੁੰਦਾ ਸਕੁਆਟ ਲਗਾਉਣ ਵਾਸਤੇ ਇੱਕ ਰੈਕ ਹੁੰਦਾ, ਅਤੇ ਇੱਥੇ ਆਪਾਂ ਲਗਾਵਾਂਗੇ ਇੱਕ ਡੈਡ ਲਿਫਟ ਵਾਸਤੇ ਪਲੇਟਫਾਰਮ, ਜਾਂ ਇੱਥੇ ਡੰਬਲਾਂ ਵਾਸਤੇ ਆ ਜੂਗਾ, ਜਾਂ ਟ੍ਰੈਡਮਿਲ ਵਗੈਰਾ ਵਾਸਤੇ। ਮਤਲਬ ਜਗ੍ਹਾ ਬਹੁਤ ਖੁੱਲੀ ਆ, ਤੁਸੀਂ ਅੰਦਰ ਮਤਲਬ ਵੀ ਆਰਾਮ ਨਾਲ 10 ਬੰਦੇ ਐਟ ਅ ਟਾਈਮ ਇੱਕ ਟਾਈਮ 'ਤੇ ਜਿੰਮ ਲਗਾ ਸਕਦੇ ਨੇ। ਇਹਦੀ ਹੋਣੀ ਆ ਡਾਇਮੈਂਸ਼ਨਸ ਆਈ ਗੈਸ 18x25 ਦੀ ਹੋਣੀ ਆ, ਅਤੇ 25 ਫੁੱਟ ਇਹਦੀ ਲੰਬਾਈ ਆ ਅਤੇ 18 ਫੁੱਟ ਇਹਦੀ ਚੜਾਈ ਹੋਊਗੀ, ਅਤੇ ਕਾਫੀ ਖੁੱਲ੍ਹਾ ਡੁੱਲਾ। ਜਦ ਇਹ ਬਣ ਗਿਆ, ਤਿਆਰ ਹੋ ਗਿਆ, ਫਿਰ ਐਕਸਰਸਾਈਜ਼ ਲਗਾਉਣ ਦਾ ਬਹੁਤ ਮਜ਼ਾ ਆਊਗਾ। ਫਿਰ ਮਤਲਬ ਵੀ ਫਿਰ ਨਾ ਜਦ ਤੁਹਾਡੇ ਕੋਲ ਪ੍ਰੋਪਰ ਇਕਵਿਪਮੈਂਟ ਹੋਵੇ, ਪ੍ਰੋਪਰ ਜਗ੍ਹਾ ਹੋਵੇ, ਪ੍ਰੋਪਰ ਸ਼ੀਸ਼ੇ ਲੱਗੇ ਹੋਣ, ਫਿਰ ਤੁਸੀਂ ਐਕਸਰਸਾਈਜ਼ ਵੀ ਜ਼ਿਆਦਾ ਲਗਾ ਸਕਦੇ ਹੋ। ਤਾਂ ਹੁਣ ਦੇਖੋ ਇਹ ਇਹੋ ਜਿਹਾ ਦਿਖ ਰਿਹਾ, ਅਤੇ ਮੇਰਾ ਨਾ ਨਵੰਬਰ 'ਚ ਬਰਥਡੇ ਆਉਂਦਾ, ਤਾਂ ਮੇਰਾ ਇਸ ਸਾਲ ਦਾ ਟਾਰਗੇਟ ਹੈਗਾ ਵੀ ਆਪਣੇ ਬਰਥਡੇ ਤੋਂ ਪਹਿਲਾਂ ਆਪਣੇ ਆਪ ਨੂੰ ਗਿਫਟ ਤਿਆਰ ਕਰਕੇ ਦੇਣਾ, ਜਿੰਮ ਤਿਆਰ ਕਰਕੇ ਦੇਣਾ। ਤਾਂ ਇਹ ਮੇਰਾ ਬਰਥਡੇ ਗਿਫਟ ਹੋਊਗਾ ਆਪਣੇ ਆਪ ਵਾਸਤੇ।
ਇੱਥੇ ਕੰਧ ਆਊਗੀ, ਇੱਥੇ ਕੰਧ ਆਊਗੀ, ਉਹ ਉਤਲੀ ਕੰਧ ਬੰਦ ਕਰਨੀ ਹੈ, ਇਹ ਕੰਧ ਬੰਦ ਕਰਨੀ ਹੈ, ਇੱਥੇ ਗੇਟ ਲਗਾਵਾਂਗੇ ਅਤੇ ਥੱਲੇ ਪ੍ਰੋਪਰ ਕਾਲੀ ਮੈਟਿੰਗ ਕਰਕੇ, ਜਿਵੇਂ ਜਿਮ 'ਚ ਮੈਟ ਨਹੀਂ ਹੁੰਦੇ ਹੈਗੇ, ਪ੍ਰੋਪਰ ਰਬੜ ਦੇ ਮੈਟ ਹੁੰਦੇ ਨੇ, ਉਹ ਥੱਲੇ ਲਗਾ ਕੇ ਪੂਰੀ ਕੰਧਾਂ ਕੁੰਧਾਂ ਜੀ ਕਾਲੀਆਂ ਕਰਕੇ, ਉੱਤੇ ਮਤਲਬ ਵੀ ਵਾਈਟ ਜੀ ਲਾਈਟਿੰਗ ਦੇ ਕੇ ਬਲੈਕ ਥੀਮ ਜਿਹਦਾ ਬਣਾਵਾਂਗੇ ਆਪਾਂ ਇਹਨੂੰ। ਉੱਥੇ ਸ਼ੀਸ਼ਾ ਐਨ ਬੜਾ, ਇੱਥੇ ਸ਼ੀਸ਼ਾ ਐਨ ਬੜਾ, ਉੱਥੇ ਸਕੁਆਟ ਰੈਕ, ਇੱਥੇ ਡੰਬਲ ਰੈਕ, ਇੱਥੇ ਫਿਰ ਜੇ ਹੌਲੀ ਹੌਲੀ ਮਸ਼ੀਨਾਂ ਲੈ ਕੇ ਆਵਾਂਗੇ, ਇੱਥੇ ਪਿੱਛੇ ਮਸ਼ੀਨਸ ਆ ਜਾਣਗੀਆਂ, ਅਤੇ ਇੱਕ ਅੱਧਾ ਟ੍ਰੈਡਮਿਲ ਆ ਜਾਊਗਾ, ਹੋਰ ਆ ਜਾਊਗਾ। ਤਾਂ ਤੁਸੀਂ ਦੇਖਿਓ 1-2 ਸਾਲ ਬਾਅਦ, ਮਤਲਬ ਜਦ ਪੂਰਾ ਤਿਆਰ ਹੋ ਗਿਆ, ਇਹ ਪੂਰੇ ਮਤਲਬ ਸਮਾਨ ਆ ਗਿਆ, ਪੂਰਾ ਇਕੁਇਪਮੈਂਟ ਆ ਗਿਆ, ਫਿਰ ਦੇਖਿਓ ਕਿੰਨਾ ਸੋਹਣਾ ਲੱਗਿਆ ਕਰੂਗਾ। ਫਿਰ ਇੱਥੇ ਵੀਡੀਓਜ਼ ਬਣਾਇਆ ਕਰਾਂਗੇ, ਵਲੋਗ ਵਗੈਰਾ ਬਣਾਇਆ ਕਰਾਂਗੇ ਜਿਮ ਦੇ, ਅਤੇ ਸੋਹਣਾ ਲੱਗੂਗਾ। ਹੋਮ ਜਿਮ ਦਾ ਨਾ ਇਰਾਡੀ ਫਾਇਦਾ, ਤੁਸੀਂ ਜੋ ਮਰਜ਼ੀ ਕਰ ਲਓ, ਤੁਸੀਂ ਮਤਲਬ ਕਿਸੇ ਨਾਲ ਵੇਟ ਸ਼ੇਅਰ ਨਹੀਂ ਕਰਨਾ ਹੈਗਾ, ਜਿਹੜੀ ਮਰਜ਼ੀ ਐਕਸਰਸਾਈਜ਼ ਲਗਾ ਲਓ, ਜਿੰਨਾ ਮਰਜ਼ੀ ਟਾਈਮ ਰੈਸਟ ਲੈ ਲਓ ਸੈੱਟ ਦੇ ਵਿੱਚ, ਘੈਂਟ ਹੋ ਜਾਊਗਾ। ਤਾਂ ਇਹ ਹਲੇ ਹੁਣ ਇਹੋ ਜਿਹਾ ਦੇਖਦਾ, ਧਿਆਨ ਨਾਲ ਦੇਖ ਲਓ, ਜਦ ਜਿਹੜੀ ਟਰਾਂਸਫੋਰਮੇਸ਼ਨ ਕਰਾਂਗੇ ਜਿਮ ਦੀ, ਉਦੋਂ ਵੀ ਬੜਾ ਵਧੀਆ ਹੋਊਗਾ। ਥੈਂਕ ਯੂ ਸੋ ਮੱਚ ਜੀ ਵੀਡੀਓ ਦੇਖਣ ਵਾਸਤੇ, ਅਤੇ ਜੇ ਤੁਸੀਂ ਚੈਨਲ ਦੇ ਪਹਿਲੀ ਵਾਰ ਆਏ ਹੋ, ਨਵੇਂ ਆਏ, ਸਬਸਕ੍ਰਾਈਬ ਜ਼ਰੂਰ ਕਰ ਦਿਓ। ਅਤੇ ਅਗਲੀ ਆਪਾਂ ਜਿਮ ਦੀ ਵੀਡੀਓ ਹੁਣ ਉਦੋਂ ਬਣਾਵਾਂਗੇ, ਜਦ ਆਪਣਾ ਇਹ ਨਵਾਂ ਜਿਮ ਬਣ ਕੇ ਤਿਆਰ ਹੋ ਗਿਆ, ਤਾਂ ਉਦੋਂ ਦਿਖਾਵਾਂਗੇ ਤੁਹਾਨੂੰ ਵੀ ਕਿਵੇਂ ਬਣਾ ਰਹੇ ਹਾਂ, ਕਿਵੇਂ ਕਰ ਰਹੇ ਹਾਂ, ਸਾਰਾ ਮਤਲਬ ਡਿਟੇਲ 'ਚ ਤੁਹਾਨੂੰ ਦੱਸੂਗਾ। ਅਤੇ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਵਾਸਤੇ, ਥੈਂਕ ਯੂ ਜੀ।